ਉਹ ਆ ਗਿਆ ਬਾਪੂ ਤੁਹਾਡਾ ਜਿਹੜਿਆ ਰਾਹਾਂ ਦੇ ਵਿੱਚ ਤੁਰੇ ਫਿਰ। ਹੈਲੋ ਗਾਇਸ, ਵੈਲਕਮ ਬੈਕ ਟੂ ਅਨਦਰ ਵੀਡੀਓ। ਤੇ ਗਾਇਸ, ਅੱਜ ਮੈਂ ਕਰਨਾ ਸੀ ਵੀ ਵਲੌਗ ਦੀ ਸ਼ੁਰੂਆਤ ਤਾਂ ਘਰੋਂ ਕਰਨੀ ਸੀ, ਪਰ ਘਰੋਂ ਕਰਨੀ ਯਾਦ ਨਹੀਂ ਰਹੀ ਬਿਕੌਜ਼ ਮੇਰੇ ਫੋਨ ਦੀ ਬੈਟਰੀ ਲੋ ਸੀ। ਫਿਰ ਹੁਣ ਜਾ ਕੇ ਥੋੜ੍ਹਾ ਬਹੁਤਾ ਚਾਰਜਰ ਕੀਤਾ। ਅਤੇ ਗਾਇਸ ਵੇਖ ਸਕਦੇ ਹੋ, ਮੈਂ ਅਤੇ ਮੇਰਾ ਉਹੀ ਪੁਰਾਣਾ ਸੱਜਣ ਚੱਲੇ ਹਾਂ ਬਈ, ਅਸੀਂ ਇੱਕ ਨਵੀਂ ਚੀਜ਼ ਲੈਣ ਕਰਨ ਨਾਲ। ਸੋ ਤੁਹਾਨੂੰ ਉਹਦੇ ਨਾਲ ਇੰਟਰੋ ਕਰਾਵਾਂਗੇ, ਇੱਕ ਹਿਸਾਬ ਦਾ ਘਰ ਦਾ ਮੈਂਬਰ ਹੀ ਹੈ। ਸੋ ਮੈਕਸੀਮਮ ਚੱਲਦੇ ਰਹੋ ਵੀਡੀਓ ਦੇ ਵਿੱਚ, ਅੱਗੇ ਅੱਗੇ ਪਤਾ ਲੱਗ ਜਾਏਗਾ ਚੁੱਕਲਾ ਵੀ ਪਰਨਾ। ਅਤੇ ਗਾਇਸ ਮਿਲਾਉਂਦੇ ਹਾਂ ਤੁਹਾਨੂੰ ਨਵੀਂ ਚੀਜ਼ ਨਾਲ, ਹੋਪ ਸੋ ਵਧੀਆ ਲੱਗੇਗੀ, ਵਧੀਆ ਲੱਗੇ ਨਾ ਲੱਗੇ ਚਲੋ ਸਾਲ ਵੀ ਵਧੀਆ, ਦੂਜਿਆਂ ਦਾ ਆਪਾਂ ਕੁਛ ਕਹਿ ਦੇਣੀ। ਅਤੇ ਮਿਲਦੇ ਗਾਇਸ ਅੰਦਰ ਕਰਨਾਲ ਜਾ ਕੇ, ਟੇਕ ਕੇਅਰ। ਚੱਕਲੋਂ ਸ਼ਰੀਫ ਜਾਣੀ ਨਾ ਤੂੰ ਕੱਟਣੀ ਗੁੱਡੀ ਸਿਖਰਾਂ ਤੇਰੀ, ਜਾ ਮੈਂ ਚੱਕਦਾ ਨੀ ਫੁਕਰੀ ਦੇ ਪੱਖਦਾ ਨੀ ਬਣਦਾ ਪਰ ਰੋਲਾ ਕਿਹੜਾ ਦੱਸ ਹੁਣੀ ਟੱਕਦਾ ਨੀ ਪਿੰਡੇ ਉੱਤੇ। ਲਓ ਜੀ ਗਾਇਸ, ਕਰਦੇ ਕਰਾਉਂਦੇ ਆ ਧੱਕੇ ਧੁੱਕੇ ਖਾਂਦੇ ਯਾਰ, ਉੜੀ ਪਹੁੰਚੇ ਨੇ ਛਡੌਂਗ ਬੋਰਡ, ਦੇਖ ਸਕਦੇ ਹੋ ਗਾਇਸ। ਤੇ ਇੱਥੇ ਬਈ ਆਹ ਵੀਰ ਕੋਲ ਆਉਂਦੇ ਜਾਂਦੇ ਗੋਂਦ ਕਤੀਰਾ ਜ਼ਰੂਰ ਪਿਆ ਜੇ, ਮੇਰਾ ਵੀਰ ਬੜਾ ਵਧੀਆ ਬਣਾਉਂਦਾ ਜੇ ਐਨ ਜਮਾਂ ਫਸਲਾ। ਅਤੇ ਕਰਦੇ ਕਰਦਿਆਂ ਬਈ ਯੂਟਿਊਬ 'ਤੇ ਹੋ ਗਿਆ ਆਪਣਾ 1 ਮਿਲੀਅਨ। ਅਤੇ ਆਹ ਲਓ ਬਈ, ਥੈਂਕ ਯੂ ਸੋ ਮੱਚ ਬਰੋ। ਬਰਫ ਬੁਰਫ ਪਾ ਕੇ ਦਿੰਦਾ ਵੀਰ ਜਮਾ ਠੰਡਾ। ਦੋਸਤ ਗਲਾਸ ਦੱਸੀ ਇੱਕ ਵਾਰੀ ਕਿੰਨੇ ਦਾ ਗਲਾਸ? ਓਨਲੀ 20 ਰੁਪਏ। ਜਾਂਦੇ ਜਾਂਦੇ ਮੇਰਾ ਵੀਰ ਜ਼ਰੂਰ ਇੱਥੇ ਇੱਕ ਵਾਰੀ ਟਰਾਈ ਕਰਿਆ ਰੇ, ਬਹੁਤ ਵਧੀਆ ਚੁੱਕੇ ਨੇ ਕਰਨਾਲ। ਉਹ ਵੇਖ ਸਕਦੇ ਹੋ ਵੀ ਤੁਸੀਂ ਮਾਹੌਲ, ਗਰਮੀ ਨਾਲ ਹੋਏ ਪਏ ਨੇ ਬੁਰੇ ਹਾਲ। ਓਏ ਹੋਏ ਹੋਏ, ਤੂੰ ਗੱਡੀ ਵਾਰਾ ਖਾਂਦੇ ਭਰਾ, ਕੀ ਕਰੀਏ ਗੱਡੀ। ਜਿਹੜੇ ਦੋ ਕੰਮ ਨੇ ਨਿੱਕੇ ਨਿੱਕੇ ਉਹ ਨਿਬੇੜ ਗਏ, ਉਸ ਤੋਂ ਬਾਅਦ ਜਿਹੜੀ ਚੀਜ਼ ਲੈਣੀ ਉਹ ਵਿਖਾਉਣਾ ਤੁਹਾਨੂੰ, ਪਰ ਥੋੜ੍ਹਾ ਜਿਹਾ ਟਾਈਮ ਲੱਗੇਗਾ। ਹੋਰ ਇੱਕ ਵਿਆਹ ਬਣਾਉਣਾ ਕਿਤੇ, ਇੱਕ ਆਖੇ ਕਾਗਜ਼ ਚੰਗੇ ਸਬਮਿਟ ਕਰਵਾਉਣਾ ਕਿਤੇ, ਉਸ ਤੋਂ ਬਾਅਦ ਵਿਹਲੇ ਹੋ ਕੇ ਜਿਹੜੇ ਛੋਟੇ ਛੋਟੇ ਨਿਬੜ ਗਏ ਨੇ। ਹੁਣ ਚੱਲਦੇ ਹਾਂ ਜੰਤੀ ਹਰਪਾਲ ਦੇ ਆਫਿਸ ਕੋਲ, ਅਤੇ ਹੁਣ ਬਈ ਮਿਲਾਉਂਦੇ ਹਾਂ ਤੁਹਾਨੂੰ ਜਿਹੜੀ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਵਿਖਾਉਂਦੇ ਹੁਣ ਤੁਹਾਨੂੰ। ਇੱਧਰ ਉੱਤੋਂ ਦੀ ਲੈ ਲਾ ਪਹਿਲਾਂ, ਇੱਧਰੋਂ ਵਿੱਚ ਹੀ ਜਾਣਦੇ ਯਾਰ ਆਪਣੇ, ਚੰਗਾ ਵੀ ਨੰਬਰ ਪਲੇਟਾਂ ਲੱਗੀਆਂ ਨੇ। ਗਾਇਸ ਕਰਦੇ ਕਰਾਉਂਦੇ ਯਾਰ ਹੁਣੀ ਪਹੁੰਚ ਚੁੱਕੇ ਨੇ ਵੀ ਖਾਣ ਪੀਣ, ਇੱਕ ਵਾਰੀ ਖਾ ਪੀ ਲਈਏ ਬਸ, ਭੁੱਖ ਬਹੁਤ ਜ਼ਿਆਦਾ ਲੱਗੀ। ਅਤੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਬਈ, ਅਤੇ ਥੋੜ੍ਹੀ ਕੁ ਦੇਰ ਦੇ ਵਿੱਚ ਤੁਹਾਨੂੰ ਵਿਖਾਉਂਦੇ ਹਾਂ। ਤੋ ਪਹਿਲਾਂ ਜ਼ਰੂਰੀ ਹੈ ਮਿਲਣਾ ਬਈ, ਵਿਖਾਉਂਦੇ ਹਾਂ ਤੁਹਾਨੂੰ।
ਛੋੜੀ ਕਰੇ ਲੈਵਲਾਂ ਦੀ ਗੱਲ ਤੇ ਹਾਲੇ ਤੱਕ ਫਿਰਦੀ ਮੋਹਾਲੀ ਮੈਂ ਬੈਠਾ ਫਸ ਹੋਰੀ ਕੰਮ ਧੰਦੇ ਨਿਬੇੜ ਕੇ ਖਾ ਪੀ ਕੇ ਤੇ ਹੁਣ ਜਿਹੜੀ ਚੀਜ਼ ਲੈਣ ਆਏ ਸਾਂ ਉਹ ਵਿਖਾਉਂਦੇ ਹਾਂ ਬਈ ਗਾਇਜ਼ ਤੁਹਾਨੂੰ ਚਲੋ ਯਾਰ ਵੇਟ ਕੀ ਕਰਾਉਣਾ ਦੱਸ ਹੀ ਦਿੰਦਾ ਬਈ ਅਸੀਂ ਲੈਣ ਆਏ ਸਾਂ ਦੇਖ ਲਓ ਯਾਰ ਘੁੰਮਦੇ ਡੇਲੀ ਹੈਂਕੀ ਸਾਡੇ ਘੁੰਮਦੇ ਯਾਰ ਭੁਲੱਕੜ ਮੱਤਾਂ ਦੇ ਉਹ ਥੱਲੇ ਜੀਪ ਟੈਪ ਦੀਆਂ ਕਾਰਾਂ ਪਿੱਛੇ ਫਿਰਨ ਸਪਾਈਸੀ ਨਾਰਾ ਅਸੀਂ ਨਾ ਨੀਵੀਆਂ ਚੱਕਦੇ ਆਂ ਉਹ ਲੋਕੀ ਕਹਿਣ ਦਿਲੇ ਚਰਕਿੰਗ ਫੋਨ ਨੂੰ ਚੱਕੀਏ ਪਹਿਲੀ ਰਿੰਗ ਸਟੇਟਸ ਸਿੰਗਲ ਰੱਖਦੇ ਆਂ ਉਹ ਲੋਕੀ ਆਹ ਲੈਣਾ ਸੀ ਅਸੀਂ ਸਕੂਟਰ ਪਹਿਲਾਂ ਵਾਈਟ ਵਾਲਾ ਵੇਖਿਆ ਵਾਈਟ ਵਾਲੇ 'ਤੇ ਗੱਲ ਨਹੀਂ ਬਣੀ ਫਿਰ ਬਲੈਕ ਵਾਲਾ ਵੇਖਿਆ ਬਲੈਕ ਵਾਲੇ 'ਤੇ ਵੀ ਨਹੀਂ ਗੱਲ ਬਣੀ ਸੋ ਹੁਣ ਦਿੱਤਾ ਗ੍ਰੇ ਕਲਰ ਦਾ ਉਹ ਇੱਕ ਦੋ ਪਿੰਡ ਹੋਰ ਵੀ ਮੁੰਡਿਆਂ ਨੇ ਲਿਆ ਸੀ ਸੋ ਵਧੀਆ ਲੱਗਿਆ ਸੀ ਤਾਂ ਕਰਕੇ ਬਈ ਸਵੇਰੇ ਇਹ ਕਹਿਣ ਲਈ ਮੈਂ ਕਿਹਾ ਸੀ ਵੀ ਅੱਜ ਇੱਕ ਚੀਜ਼ ਆਏਗੀ ਨਵੀਂ ਚੀਜ਼ ਐਡ ਕਰਾਵਾਂਗੇ ਤੁਹਾਡੇ ਵਿੱਚ ਸੋ ਇਹ ਲੈਣਾ ਸੀ ਬਈ ਇਹ ਲੈ ਕੇ ਹੁਣ ਇੱਥੋਂ ਜਾਵਾਂਗੇ ਪਿੰਡ ਪਿੰਡ ਅੱਗੇ ਜਾ ਕੇ ਤੁਹਾਨੂੰ ਵਿਖਾਵਾਂਗੇ ਵੀ ਮੇਰੇ ਮਿੱਤਰ ਪਿਆਰਿਓ ਘਰ ਅਜੇ ਕੋਈ ਨਹੀਂ ਕਿਸੇ ਨੂੰ ਪਤਾ ਬਈ ਲੈ ਲਿਆ ਐਵੇਂ ਮੋਰਸਾ ਲੈ ਕੇ ਗਿਆ ਸਾ ਤਾਂ ਐਵੇਂ ਹੀ ਲੈ ਕੇ ਚੱਲਾਂ ਬਈ ਯਾਰ ਮਿਡਲ ਕਲਾਸ ਬੰਦੇ ਵਾਲੀ ਯਾਰ ਇੰਨਾ ਵੀ ਬੜਾ ਜਦੋਂ ਅੱਗੇ ਲਾਉਂਦੇ ਗੱਡੀਆਂ ਫਿਰ ਉਦੋਂ ਗੱਲ ਹੋਰ ਹੋਏਗੀ ਚਿਰ ਨਹੀਂ ਚਲੋ ਵਧੀਆ ਹੈ ਤੂੰ ਹੀ ਚੱਕਰ ਨਹੀਂ ਯਾਰ ਚੀਜ਼ ਹੁੰਦੀ ਭਾਵੇਂ ਯਾਰ ਸਾਈਕਲ ਵੀ ਕਿਉਂ ਉਹ ਵੀ ਯਾਰ ਹਨਾ ਜਿਹਦੇ ਲਈ ਜਿਹੜੀ ਚੀਜ਼ ਜਿੰਨੀ ਕੁ ਸਮਝ ਤਾਂ ਗਈ ਹੋ ਗਏ ਯਾਰ ਹਰ ਇੱਕ ਦੇ ਆਪੋ ਆਪਣੇ ਹੁੰਦੇ ਨੇ ਯਾਰ ਆਪਣਾ ਘਰ ਵੇਖ ਕੇ ਅੱਗੇ ਵਧਣਾ ਚਾਹੀਦਾ ਐਵੇਂ ਦੂਜਿਆਂ ਦਾ ਵੇਖ ਕੇ ਆਉਂਦੇ ਨੇ ਨਾ ਪੱਕੀਆਂ ਵੇਖ ਕੇ ਕੱਚੀਆਂ ਨੇ ਢਾਈ ਦੀਆਂ ਸੋ ਇਸ ਲਈ ਸਾਨੂੰ ਜਿਵੇਂ ਦਾ ਵੀ ਜੋ ਵੀ ਠੀਕ ਲੱਗਦਾ ਅਸੀਂ ਕਰਨੇ ਆ ਬਈ ਕਰਨੇ ਪਏ ਹਾਂ ਕਰਦੇ ਰਹਾਂਗੇ ਜਿਵੇਂ ਬਾਬੇ ਨਾਨਕ ਨੂੰ ਮੰਜੂਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਯਾਰ ਕਿਹੜੇ ਮੋੜ ਦੇ ਮੋੜ ਸੋ ਆਪਣੀ ਗੱਲ ਵਿੱਚ ਰਹਿ ਗਈ ਸੀ ਵੀ ਵਿੱਚ ਆ ਗਈ ਸੀ ਕੋਲ ਕਿਸੇ ਦੀ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਵੇਖੋ ਯਾਰ ਇਹ ਨਾ ਪਤਾ ਨਹੀਂ ਯਾਰ ਕਿਸੇ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ ਮੈਨੂੰ ਨਹੀਂ ਉਸ ਚੀਜ਼ ਦਾ ਮਤਲਬ ਪਰ ਯਾਰ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਵੀ ਅੱਜ ਕੱਲ੍ਹ ਯਾਰ ਸਾਲੀ ਜਿੰਨਾ ਮਰਜ਼ੀ ਕਰ ਲਓ ਜੋ ਮਰਜ਼ੀ ਕਰੀਏ ਉਹ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਹਾਂ ਜਿਨ੍ਹਾਂ ਨੂੰ ਫਰਕ ਪੈਣਾ ਚਾਹੀਦਾ ਉਹਨਾਂ ਨੂੰ ਪੈਂਦਾ ਵੀ ਸਮਝ ਤਾਂ ਗਏ ਹੋਵੇ ਬਾਕੀ ਯਾਰ ਦੇਖ ਯਾਰ ਆਪੋ ਆਪਣਾ ਮਨ ਹੁੰਦਾ ਆਪਣਾ ਆਪ ਬੰਦੇ ਨੇ ਕਰਨਾ ਹੁੰਦਾ ਜਿੰਨਾ ਮਰਜ਼ੀ ਕੋਈ ਕਿੱਥੋਂ ਤੱਕ ਮਰਜ਼ੀ ਹੈ ਕਹਿ ਲਏ ਬੰਦਾ ਨਹੀਂ ਸੁਣਦਾ ਜਿੰਨੇ ਆਪਣੀ ਮਰਜ਼ੀ ਕਰਨੀ ਠੀਕ ਹੈ ਉਵੇਂ ਹੀ ਅਸੀਂ ਵੀ ਯਾਰ ਕੋਈ ਇਹ ਧਿਆਨ ਨਹੀਂ ਵੀ ਬੜਾ ਤਕੜਾ ਸਿਸਟਮ ਹੈ ਆਪਾਂ ਯਾਰ ਸਾਫ ਸਿੱਧੀ ਆਖੀ ਦੀ ਫੁਕਰੀ ਮਾਰੀ ਨਹੀਂ ਵਿੱਚ ਕਦੇ ਅਤੇ ਨਾ ਕਦੀ ਮਾਰਾਂਗੇ ਜੋ ਕੁਛ ਹੈਗਾ ਯਾਰ ਉਹ ਠੀਕ ਹੈ ਨਾ ਨਹੀਂ ਇੰਨਾ ਨਹੀਂ ਸਿਸਟਮ ਹੈਗਾ ਮੈਂ ਕਹਿੰਦਾ ਵੀ ਬੜਾ ਹੀ ਮੇਰੇ ਕੋਲ ਹੀ ਬੜਾ ਕੁਛ ਹੈ ਅਤੇ ਬਾਬੇ ਦੀ ਕਿਰਪਾ ਨਾਲ ਜਿੰਨਾ ਕੋਈ ਉਨਾ ਹੀ ਅਸੀਂ ਉਹਨੇ 'ਚ ਹੀ ਬਹੁਤ ਖੁਸ਼ ਹਾਂ ਅਤੇ ਚੱਲਦੇ ਚੱਲਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਹੁਣ ਅਸੀਂ ਇੱਥੋਂ ਇਹ ਲਿਆ ਸਕੂਟਰ ਇਹ ਲੈ ਕੇ ਚੱਲਦੇ ਹਾਂ ਜਾ ਕੇ ਵੇਹਨੇ ਆ ਕਰਦੇ ਨਾ ਕੀ ਸਿਸਟਮ ਕੀ ਹਿਸਾਬ ਕਿਤਾਬ ਹੈ ਅਤੇ ਉਦੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਾਂਗਾ ਬਈ ਯਾਰ ਲੋਕ ਡੇਲੀ ਆਉਣ ਸੋ ਡੇਲੀ ਤਾਂ ਨਹੀਂ ਚਲੋ ਵੀਕ 'ਚ ਇੱਕ ਦੋ 'ਤੇ ਆਵੇ ਜਿੱਥੋਂ ਤੱਕ ਵੀ ਯਾਰ ਪਤਾ ਕੀ ਹੋਵੇ ਨਾ ਕੋ ਵੀ ਜਿਵੇਂ ਮੰਨ ਲਾ ਵੀ ਇੱਧਰ ਉੱਧਰ ਜਾਂਦਾ ਹੁੰਦਾ ਬੰਦਾ ਕਈ ਵਾਰੀ ਐਵੇਂ ਹੁੰਦਾ ਘਰ ਦੇ ਨਾਲ ਹੁੰਦੇ ਨੇ ਨਹੀਂ ਬਣਦਾ
ਹਾਂ ਇਕੱਲੇ ਜਦੋਂ ਹੋਈ ਉਹ ਗੱਲ ਆ ਲੈ ਵੀ ਇਕੱਲੇ ਦਾ ਤਾਂ ਬੰਦਾ ਚੱਲ ਸੋਚਦਾ ਵੀ ਚੱਲ ਬਣਾ ਹੀ ਲੈਂਦਾ ਕੋਈ ਗੱਲ ਨਹੀਂ, ਇਕੱਲੇ ਦੀ ਖੈਰ ਸਲਾਹੁੰਦੀ ਘਰ ਦੇ ਨਾਲ ਆਉਣਾ ਤਾਂ ਫੋਨ ਨੂੰ ਪਕੜ ਲਈਏ ਤਾਂ ਯਾਰ ਤੈਨੂੰ ਪਤਾ ਹੀ ਹੈ ਸਭ ਨੂੰ ਪਤਾ ਸਾਰਿਆਂ ਨੂੰ ਕਰਦੇ ਕਿਵੇਂ ਜਾਂਦੇ ਨੇ, ਸੋ ਇਸ ਲਈ ਅਤੇ ਜ਼ਿਆਦਾ ਸਮੇਂ ਨਾ ਬਤਾਉਂਦੇ ਹੋਏ ਵੀ ਚੱਕਣੇ ਹਾਂ ਤਾਂ ਸਕੂਟਰ 'ਤੇ ਚੱਲਣੇ ਹਾਂ ਘਰਾਂ ਨੂੰ, ਕੂਚ ਕਰਨੇ ਪਿੰਡਾਂ ਨੂੰ ਅਤੇ ਜਾ ਕੇ ਮਿਲਣੇ ਸੋਹਣੇ ਵੀਰੋ ਉਦੋਂ ਤੱਕ ਲਈ।